ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੇ ਕਿਸਾਨ ਵੀਰਾਂ ਦਾ ਮੈਂ ਗੁਰਵਿੰਦਰ ਸਿੰਘ ASPN ਕੰਪਨੀ ਤੋਂ ਅਤੇ ਅੱਜ ਅਸੀਂ ਆਏ ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੱਟੀ ਪਿੰਡ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਦੇ ਕੋਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਓ ਅਸੀਂ ਇਹਨਾਂ ਤੋਂ ਪੁੱਛਦੇ ਹਾਂ ਵੀ ਇਹਨਾਂ ਨੇ ਸਾਡੇ ਤੋਂ ਅਸੀਂ ਇਹਨਾਂ ਕੋਲ 2 ਕੁ ਮਹੀਨੇ ਪਹਿਲਾਂ ਆਏ ਸੀਗੇ ਅਤੇ ਇਹਨਾਂ ਦੇ ਇਹ ਆਲੂ 1.5 ਕੁ ਮਹੀਨਾ ਪਹਿਲਾਂ ਇਹਨਾਂ ਦੇ ਕੋਰੇ ਨਾਲ ਮਰ ਗਏ ਸੀਗੇ ਅਤੇ ਆਓ ਅਸੀਂ ਇਹਨਾਂ ਦੇ ਜਵਾਨੀ ਸੁਣਦੇ ਹਾਂ ਵੀ ਇਹਨਾਂ ਨੂੰ ਕੀ ਪ੍ਰੋਬਲਮ ਆਈ ਸੀ ਤਾਂ ਇਹਨਾਂ ਨੇ ਬਾਅਦ 'ਚੋਂ ਕੀ ਟ੍ਰੀਟਮੈਂਟ ਦਿੱਤਾ ਜਿਹੜਾ ਹੁਣ ਇਹ ਉਸ ਪ੍ਰੋਡਕਟ ਦੇ ਨਾਲ ਕੀ ਸਹਿਮਤ ਹੈਗੇ ਨੇ ਕਿ ਨਹੀਂ ਨੇ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਜੀ ਇਹਨਾਂ ਨੂੰ ਪਹਿਲਾਂ ਥੈਲੀਆਂ ਪਾਈਆਂ 1 ਕਿਲੋ ਦੀਆਂ 2 ਅੱਛਾ ਜੀ ASPN ਕੰਪਨੀ ਦਾ ਰੂਟ ਐਂਡ ਨਾਈਟਰੋ ਆਪਾਂ ਇਹਨਾਂ ਨੂੰ ਦਿੱਤਾ ਸੀਗਾ ਹਾਂਜੀ ਮੁੜ ਕੇ ਫਿਰ ਅਸੀਂ 2 ਸਪਰੇਹਾਂ ਤੁਸੀਂ ਕਿਹਾ ਸੀ ਉਹ ਕੀਤੀਆਂ ਜੀ ਬੂਸਟ ਦੀਆਂ ਹਾਂ ਬੂਸਟ ਦੀਆਂ ਫਿਰ ਆਲੂ ਚੱਲ ਪਏ ਠੀਕ ਹੈ ਜੀ ਹੁਣ ਆਲੂ ਇਸ ਵੇਲੇ ਪੂਰੇ ਵਧੀਆ ਹੋ ਗਏ ਜਿਹਨਾਂ ਨੇ ਨਹੀਂ ਕੀਤੀਆਂ ਉਹ ਨਹੀਂ ਹੋਏ ਆਲੂ ਠੀਕ ਹੈ ਠੀਕ ਹੈ ਉਹ ਮੰਨ ਲਾ ਵੀ ਮਰ ਗਏ ਆਲੂ ਉਹ ਅਸੀਂ ਕਰਕੇ ਦੇਖਿਆ ਥਾਂ ਛੱਡ ਕੇ ਉਹ ਭਰੇ ਆ ਅੱਛਾ ਜੀ 2-3 ਗ੍ਰਾਂਟ ਹੈ ਉਹ ਮੰਨ ਲਾ ਵੀ ਖਰਾਬ ਹੋ ਗਿਆ ਆਪਾਂ ਮੜ ਜਾ ਬੂਟੇ ਪੱਟ ਕੇ ਦੇਖੀਏ ਮੜ ਜਾ ਵੀ ਇੱਥੇ ਆਲੂ ਦੀ ਕੁਆਲਿਟੀ ਵਗੈਰਾ ਦੇਖ ਲਓ ਬਾਡੀ ਬਹੁਤ ਵਧੀਆ ਆਲੂ ਆ ਥੋੜਾ ਸਰ ਕਰਿਓ ਮੜ ਜਾ ਇਧਰਲੇ ਪੱਤੇ ਹਾਂਜੀ ਲੋ ਜੀ 20 ਸਾਈਜ਼ ਬਣ ਗਿਆ ਬੜਾ ਸੋਹਣਾ ਅੱਛਾ ਜੀ ਤੇ ਇਹ ਜਾਂ 20 ਦਾ ਸਾਨੂੰ ਕੋਈ ਆਸ ਨਹੀਂ ਸੀ ਬਣਨੇ ਦੀ ਅੱਛਾ ਜੀ ਇਹ ਆ ਦੇਖ ਲਓ ਕਿੰਨੇ ਆਲੂ ਹਨ ਜਿਹੜਾ ਬਸਾਕ ਤਕਰੀਬਨ 15-20 ਆਲੂ ਹੈਗੇ ਆਮ ਨੂੰ ਹਰੇਕ ਨੂੰ ਅੱਛਾ ਜੀ ਹਾਂਜੀ ਆ ਦੇਖ ਸਕਦੇ ਆ ਤੁਸੀਂ ਆਹੋ ਆ ਦੇਖੋ ਜੀ ਆ ਦੇਖੋ ਤਾਂ ਦੇਖੋ ਇੱਕ ਬੂਟੇ ਦੇ ਆਲੂ ਆਏ ਹੋ ਇੱਕ ਬੂਟੇ ਥੱਲੇ ਤੁਸੀਂ ਖੁਦ ਦੇਖ ਸਕਦੇ ਆ ਕਿੰਨੇ ਆਲੂ ਨਿਕਲ ਰਹੇ ਆ ਲੈ ਦੇਖ ਲਓ ਹਾਂਜੀ ਇਹ ਤਕਰੀਬਨ ਇਹੋ 20-25 ਆਲੂ ਹੋਣੇ ਆ ਠੀਕ ਹੈ ਠੀਕ ਹੈ 20 ਬਣ ਜਾਣਾ ਬਹੁਤ ਸਾਡਾ ਨਹੀਂ 20 ਦਾ ਅਸੀਂ 20 ਨਹੀਂ ਬਣਨਾ ਸਾਡਾ ਅੱਛਾ ਜੀ ਹਾਂਜੀ ਇਹ ਗੱਲ ਹੈ ਮਤਲਬ ਤੁਸੀਂ ਆਸ ਛੱਡ ਚੁੱਕੇ ਸੀਗੇ ਵੀ ਇਹ ਹੋਣਾ ਕਿ ਛੱਡ ਦਿੱਤੀ ਵੀ ਆਸ ਨੇ ਨਹੀਂ ਹੋਣਾ ਠੀਕ ਹੈ ਆ ਦੇਖ ਲਓ ਕਿੰਨੇ ਆਲੂ ਨਿਕਲੇ ਇੱਕ ਬੂਟੇ ਦੇ ਜੀ ਤਾਂ ਤੁਸੀਂ ਦੇਖ ਸਕਦੇ ਆ ਵੀ ਇਹਨਾਂ ਨੇ ਇਸ ਖੇਤ ਵਿੱਚੋਂ ਆਸ ਛੱਡ ਦਿੱਤੀ ਸੀਗੀ ਵੀ ਆਲੂ ਇਹ ਨਹੀਂ ਹੋਣੇ ਇਹਨਾਂ ਨੇ ਆਪਣੇ ਘਰ ਦਾ ਕੋਰੇ ਨੇ ਮਾਰ ਦਿੱਤਾ ਕੋਰੇ ਨੇ ਮਾਰ ਦਿੱਤੇ ਸੀਗੇ ਇਹ ਕਹਿੰਦੇ ਸੀਗੇ ਵੀ ਅਸੀਂ ਹੁਣ ਵਾਹ ਦੇਣੇ ਆ ਅਸੀਂ ਕਿਹਾ ਚਲੋ ਤੁਸੀਂ ਇੱਕ ਵਾਰੀ ਸਾਡਾ ਇਹ ਟ੍ਰੀਟਮੈਂਟ ਕਰਕੇ ਦੇਖੋ ASPN ਕੰਪਨੀ ਦੇ ਪ੍ਰੋਡਕਟ ਯੂਜ਼ ਕਰਕੇ ਦੇਖੋ ਰੂਟ ਐਂਡ ਨਾਈਟਰੋ ਤੇ ਦੇਖਦੇ ਆ ਉਹਦੇ ਨਾਲ ਤੁਹਾਨੂੰ ਕੀ ਕੋਈ ਬੈਨੀਫਿਟ ਹੁੰਦਾ ਕਿ ਨਹੀਂ ਤੁਹਾਨੂੰ ਹੋਇਆ ਬੈਨੀਫਿਟ ਦੁਬਾਰਾ ਆਲੂ ਜਲ ਪਏ ਸਾਰੇ ਦੁਬਾਰਾ ਹੋਏ ਆ ਚੱਲ ਪਏ ਦੁਬਾਰਾ ਹੋ ਮਾਰ ਕੇ ਦੁਬਾਰਾ ਹੋਏ ਆ ਠੀਕ ਹੈ ਠੀਕ ਹਾਂਜੀ ਦੁਬਾਰਾ ਹੋਏ ਮਤਲਬ ਤੁਸੀਂ ਫੁੱਲ ਸੈਟੀਸਫਾਈਡ ਹੈਗੇ ਇਸ ਹਾਂ ਬਿਲਕੁਲ ਬਿਲਕੁਲ ਸਹੀ ਠੀਕ ਹੈ ਅੱਗੇ ਤੁਸੀਂ ਸਾਡੇ ਆਉਣ ਵਾਲੇ ਭਰਾਵਾਂ ਕਿਸਾਨ ਵੀਰਾਂ ਨੂੰ ਕੀ ਸਲਾਹ ਦੋਗੇ ਇਹ ਬਹੁਤ ਵਧੀਆ ਜਿਹੂ ਵਰਤਣਾ ਚਾਹੀਦਾ ਠੀਕ ਹੈ ਹਰੇਕ ਬੰਦੇ ਵਰਤਣਾ ਚਾਹੀਦਾ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਜੀ ਜੀ ਇਹ ਵਰਤੇ ਜ਼ਰੂਰ ਠੀਕ ਹੈ ਜੀ ਮੈਂ ਤੁਹਾਨੂੰ ਇਹੀ ਸਲਾਹ ਦੇਣਾ ਚਾਹੂੰਗਾ ਇੱਕ ਵਾਰੀ ਜ਼ਰੂਰ ਤੁਸੀਂ ASPN ਕੰਪਨੀ ਦੇ ਇਹ ਪ੍ਰੋਡਕਟ ਯੂਜ਼ ਕਰਕੇ ਦੇਖੋ ਠੀਕ ਹੈ ਜੀ ਤੇ ਤੁਹਾਨੂੰ ਕੋਈ ਬੈਨੀਫਿਟ ਦਿਖਦਾ ਹੈ ਅਗਰ ਤੁਸੀਂ ਪਹਿਲੇ ਵੱਧ ਤੋਂ ਵੱਧ ਨਹੀਂ ਕਰਨਾ ਤੁਸੀਂ 1 ਜਾਂ 2 ਕਿਲੋ ਤੋਂ ਸਟਾਰਟ ਕਰਕੇ ਦੇਖੋ ਜਦੋਂ ਤੁਹਾਨੂੰ ਅਗਰ ਬੈਨੀਫਿਟ ਲੱਗਦਾ ਤਾਂ ਤੁਸੀਂ ਆਪਣਾ ਕੈਰੀ ਔਨ ਕਰਿਓ ਸਾਡੇ ਨਾਲ ਸਤਿ ਸ਼੍ਰੀ ਅਕਾਲ ਪਲੀਜ਼ ਸਬਸਕ੍ਰਾਈਬ ਟੂ ਅਵਰ ASPN ਚੈਨਲ ਐਂਡ ਆਲਸੋ ਪ੍ਰੈਸ ਦ ਬੈਲ ਆਈਕਨ